ਬਿਸਮਿਲ੍ਲਾਹ ਰਹਿਮਾਨ ਰਹੀਮ ਜੀ ਕੀ ਹਾਲ ਹੈ ਜੀ ਵੀਰਿਆਂ ਦਾ ਵੀਰ ਜੀ ਇਹ ਹੈਗਾ ਇਹ ਫਾਰਮੈਂਟਰ ਬਣਾਇਆ ਹੈ 25 2500 ਲੀਟਰ ਪਾਣੀ ਦਾ ਹੈਗਾ ਇਹ ਤਕਰੀਬਨ ਤੇ ਇਹਦੇ ਵਿੱਚ ਅਸੀਂ ਅੱਜ ਪਾ ਰਹੇ ਹਾਂ ਪੰਜ ਬੋਰੀਆਂ ਯੂਰੀਆ ਦੀਆਂ 10 ਏਕੜ ਤਰਬੂਜ਼ ਵਾਸਤੇ ਦੋਸਤੋ ਇਹ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤਾ ਹੋਇਆ ਜਨਾਬ ਇਹਦੇ ਚ ਇਹ ਪਾਣੀ ਆ ਇਹਦੇ ਵਿੱਚ ਦੋ ਥੈਲੇ ਮੁਰਗੀਆਂ ਦੀਆਂ ਬਿੱਠਾ ਵਗੈਰਾ ਵੀ ਆ ਤੇ ਇੱਕ ਥੈਲਾ ਇਹਦੇ ਚ ਬੱਕਰੀਆਂ ਦੀਆਂ ਮੈਂਗਣਾ ਤੇ ਬਾਕੀ ਹੈਗਾ ਇਹ ਪੇਸਟਿਕ ਕੰਪੋਜ਼ਰ ਤੇ ਇਹ ਅਸਲ ਵਿੱਚ ਨਾ ਇਹ ਬਹੁਤ ਫਾਇਦਾਮੰਦ ਚੀਜ਼ ਆ ਕਿਸਾਨ ਭਰਾਵਾਂ ਨੂੰ ਇਹ ਆਗੇ ਜੀ ਦੂਸਰੀ ਬੋਰੀ ਇਹ ਕਿਸਾਨ ਭਰਾਵਾਂ ਵਾਸਤੇ ਬਹੁਤ ਚੰਗਾ ਹੈ ਇਹ ਤਿਆਰ ਕਰੋ ਇਹਦੇ ਨਾਲ ਪਹਿਲੀ ਦਫਾ ਜਿਹੜੀ ਹੈ ਨਾ ਜੀ ਅੱਧੀ ਖਾਦ ਦੀ ਬਚਤ ਪਹਿਲੀ ਦਫਾ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਦੁਬਾਰਾ ਬਾਰ-ਬਾਰ ਇਹ ਜ਼ਮੀਨ 'ਚ ਫਲੱਡ ਕਰੋਗੇ ਨਾ ਇਹ ਤੀਸਰੀ ਬੋਰੀ ਹੋ ਗਈ ਜੀ ਬਾਰ-ਬਾਰ ਜ਼ਮੀਨ 'ਚ ਫਲੱਡ ਕਰੋਗੇ ਨਾ ਜੀ ਤੇ ਖਾਦ ਦੀ ਬਿਲਕੁਲ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤੇ ਇਹ ਹੈ ਹੋ ਗਈ ਚੌਥੀ ਬੋਰੀ ਜੀ ਤੇ ਇਹ ਆਰਗੈਨਿਕ ਮੁਕੰਮਲ ਖਾਦ ਹੈ ਜੀ ਇਹਦੇ ਬਣਾਉਣ ਦਾ ਜਿਹੜਾ ਤਰੀਕਾ ਹੈ ਨਾ ਜੀ ਉਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਤਫਸੀਲੀ ਉਹ ਮੈਂ ਦੱਸਾਂਗਾ ਕਈ ਦਿਨਾਂ ਤੋਂ ਮੈਂ ਕੋਸ਼ਿਸ਼ ਕਰ ਰਿਹਾ ਲੇਕਿਨ ਮੈਂ ਵੀਡੀਓ ਬਣਾ ਨਹੀਂ ਸਕਿਆ ਇਹ ਬੋਰੀਆਂ ਹੋ ਗਈਆਂ ਜੀ ਮੁਕੰਮਲ 5 ਬੋਰੀਆਂ ਰਾਣਾ ਇਰਫਾਨ ਸਾਹਿਬ ਜੀ ਮਾਰੋ ਜੀ ਇਹਦੇ ਚ ਫਿਰ ਸੋਟਾ ਵਗੈਰਾ ਜੀ ਇਹਨੂੰ ਹੱਲ ਕਰੋ